ਮੋਟਰਸਾਈਕਲ ਤੇ ਹੌਲੀ ਹੌਲੀ ਜੇ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ, ਦੋ ਮੁੰਡੇ ਆਏ ਤੇ ਉਹਨਾਂ ਦੇ 3 ਗੋਲੀਆਂ ਲੱਗ ਗਏ ਆ। ਹਾਂਜੀ ਹੈਗੀ ਸੀ, ਲੜਦੇ ਸੀ ਕਿ ਕੁਝ ਬਰਾਣਾ ਲੜਾਈ ਝਗੜਾ ਹੈਗਾ ਸੀਗਾ, ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਜਿੰਨਾਂ ਨੂੰ ਗੋਲੀਆਂ ਚਲੇ ਉਹ ਕਿੰਨੇ ਜਣੇ ਆਏ ਸੀ? ਉਹ 2 ਜਣੇ ਮੁੰਡੇ ਸੀ। ਹਾਂਜੀ ਮੋਟਰਸਾਈਕਲ ਤੇ ਸੀ। ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਦੋਨਾਂ ਮਾਂ ਪੁੱਤਾਂ ਤੇ, ਉਹਨਾਂ ਦਾ ਹੀ ਹੱਥ ਤੇ ਪੂਰਾ ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ। ਅਮਨਦੀਪ ਕੌਰ ਦੋਗੇ ਖੁਦ ਵੇਖਿਆ ਆਪਣੀ ਅੱਖੀ, ਦੋ ਮੁੰਡੇ ਆਏ ਤੇ ਉਹਨਾਂ ਦੇ 3 ਗੋਲੀਆਂ ਲੱਗ ਗਏ ਆ। ਹਾਂਜੀ ਹੈਗੀ ਸੀ, ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ, ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਉਹ 2 ਜਣੇ ਮੁੰਡੇ ਸੀ। ਹਾਂਜੀ ਮੋਟਰਸਾਈਕਲ ਤੇ ਸੀ, ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਗਰ ਆਇਆ ਸੀਗਾ। 3 ਗੋਲੀਆਂ, 3 ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਫਰਾਰ ਹੋ ਗਿਆ ਮੁੜ ਕੇ, ਉਹ ਗੱਡੀ ਦੇ ਮਗਰ ਆਉਂਦੇ ਆ ਸੀਗਾ। ਉਸ ਤੋਂ ਬਾਅਦ ਗਾਹ ਨਾ ਇਹ ਨਹੀਂ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ, ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ, ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਹਾਂਜੀ ਅਨੰਦਪੁਰ ਸਾਹਿਬ ਜਾਂਦੇ ਸੀਗੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਦੋਨਾਂ ਮਾਂ ਪੁੱਤਾਂ ਤੇ, ਉਹਨਾਂ ਦਾ ਹੀ ਹੱਥ ਤੇ ਪੂਰਾ ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ। ਉਹ ਮੂੰਹ ਮੁਆਉਂਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਹੈ, ਇਹਦੇ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੂੰ ਪਤਾ ਸੀ ਅਸੀਂ ਅਨੰਦਪੁਰ ਸਾਹਿਬ ਜਾਣਾ ਆ, ਤੇ ਉਸ ਰਾਤ ਦਾ ਉਹਨਾਂ ਨੂੰ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ। ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ, ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਉਹਨਾਂ ਦਾ ਚੈਨ ਹੋ ਵੀ ਸਕਦਾ ਆ, ਇਹ ਤਾਂ ਤੁਸੀਂ ਹੁਣ ਕਾਰਵਾਈ ਕਰੋਗੇ ਤੇ ਫਿਰ ਹੀ ਪਤਾ ਲੱਗਣਾ ਆ। ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ, ਉਹਨਾਂ ਨੂੰ ਤਾਂ ਕਿਸੇ ਚੀਜ਼ 'ਚ ਕੋਈ ਹੱਥ ਨਹੀਂ ਸੀ। ਪਿੱਛੋਂ ਗੋਲੀਆਂ ਮਾਰੀਆਂ, ਬਾਕੀ ਆਪਾਂ ਤਫ਼ਤੀਸ਼ ਕਰ ਰਹੇ ਹਾਂ ਆਪਣਾ ਬੰਡਾਲੇ ਪਿੰਡ ਦੇ ਕੋਲ। 4 ਗੋਲੀਆਂ, ਮੁੰਡੇ 30 ਸਾਲ ਦੋ ਲੜਕੇ ਪਿੱਛੋਂ ਆਏ ਆ, ਅੰਧਿਆ ਵੀ ਟਰਾਲੀ ਚੱਲੀ ਸੀ ਅਨੰਦਪੁਰ ਸਾਹਿਬ ਯਾਤਰਾ ਤੇ, ਜਿਹੜਾ ਡਰਾਈਵਰ ਆ ਉਹਦੇ ਉੱਤੇ 4 ਫਾਇਰ ਕੀਤੇ ਆ ਜੀ ਇਹਨਾਂ। 4 ਫਾਇਰ ਕਰਨ ਤੋਂ ਬਾਅਦ ਪਤਾ ਨੀ 2 ਫਾਇਰ ਲੱਗੇ ਆ ਕਿ 3 ਫਾਇਰ ਲੱਗੇ ਆ, ਇਹ ਤੇ ਮੌਕੇ ਦੀ ਘਟਨਾ ਆ ਜੀ। ਤੇ ਉਹ ਤੋਂ ਬਾਅਦ ਜਿਹੜਾ ਮਰੀਜ਼ ਆ ਜਿੱਥੇ ਗੋਲੀਆਂ ਲੱਗੀਆਂ ਵਾ ਉਹਨੂੰ ਹੋਸਪਿਟਲ ਖੜਿਆ ਗਿਆ ਵਾ, ਉੱਥੇ ਜਾ ਕੇ ਦੱਸਦੇ ਆ ਵੀ ਉਹਦੀ ਡੈਥ ਹੋ ਚੁੱਕੀ। ਤੇ ਇਹ ਕੋਈ 7 ਤੋਂ 7:30 ਦੇ ਕਿਲੇ ਚੱਲ ਚੁੱਕੀ। ਹਾਂਜੀ 7 ਤੋਂ 7:30 ਦੇ ਕਿਲੇ ਮੌਕੇ ਤੇ ਪਹੁੰਚ ਗਈ ਜੀ, ਬਸ 5-10 ਮਿੰਟ ਦੇ ਵਿੱਚ ਪਹੁੰਚ ਗਈ। ਹਾਂਜੀ ਟਰਾਲੀ ਮੇਰੇ ਇਹ ਦੱਸਦੇ ਵੀ ਦੋਕੇ ਪਿੰਡ ਦੀ ਆ, ਅਨੰਦਪੁਰ ਸਾਹਿਬ ਯਾਤਰਾ ਚੱਲੀ। ਸੰਗਤ ਹੋ ਗਈ ਕੋਈ 40-50 ਕਰੀਬ। ਹਾਂਜੀ ਗੋਲੀ 4 ਫਾਇਰ ਕੀਤੇ ਆ ਜੀ ਅੰਦਰ ਉਹ ਟਰਾਲੀ ਤੇ, ਜਿਹੜੇ ਨਾਲ ਮੌਕੇ ਤੇ ਮੁੰਡਾ ਬੈਠਾ ਸੀ ਨਾ ਡਰਾਈਵਰ ਦੇ ਸਾਈਡ ਦੇ ਲਾਗੇ, ਉਹ ਦੱਸਦਾ ਵੀ 4 ਫਾਇਰ ਕੀਤੇ ਆ ਜਿਹਦੇ 'ਚ 2-3 ਉਹਦੇ ਮੁੰਡੇ ਦੇ ਲੱਗੇ। ਉਹ ਮੋਟਰਸਾਈਕਲ ਤੇ ਆਏ ਆ, ਦੇਖੋ ਉਹਦਾ ਮੂੰਹ ਦਾ ਨਹੀਂ ਦੱਸਿਆ ਉਹਨਾਂ ਨੇ ਜਦੋਂ ਮੌਕੇ ਤੇ ਅਸੀਂ ਪਹੁੰਚੇ, ਉਹਦਾ ਮੂੰਹ ਦਾ ਨਹੀਂ ਦੱਸਿਆ ਮੂੰਹ ਬਲੇਟਿਆ ਕਿ ਨਹੀਂ ਬਲੇਟੇ,
ਦੱਸਦੇ ਵੀ ਜਦੋਂ ਪਿੱਛੋਂ ਸਾਡੇ ਨਾਲ ਨਾਲ ਹੀ ਉਹਨਾਂ ਦੇ ਟਰਾਲੀ ਦੇ ਨਾਲ ਨਾਲ ਹੀ ਆਏ ਆ, ਆਉਂਦਿਆਂ ਸਾਰੇ ਉਹਨਾਂ ਗੋਲੀਆਂ ਚਲਾ ਗਿਆ, ਫਰਾਰ ਹੋ ਗਏ। ਸਰਕਾਰ ਤੋਂ ਮੰਗ ਇਹ ਕਿ ਉਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਜੀ। ਕਾਰਨ ਵੇਖੋ ਜੀ, ਮੋਕਸ਼ੇ ਤੇ ਪਤਾ ਨਹੀਂ ਇਹਨਾਂ ਦੇ ਜਾਂ ਤੇ ਕੋਈ ਰੰਜਿਸ਼ ਆ, ਹੈ ਤੇ ਉਹਨਾਂ ਦੇ ਪਿੰਡ ਦੇ ਦੱਸਦੇ ਆ, ਜਾਂ ਤੇ ਕੋਈ ਰੰਜਿਸ਼ ਆ, ਵਾਰਦਾਤ ਦੱਸੀ ਜਾਂਦੀ ਆ। ਉਹਨਾਂ ਦੇ ਮੁਤਾਬਕ, ਘਰਦਿਆਂ ਦੇ ਮੁਤਾਬਕ ਕਿਹਾ ਜਾਂਦਾ ਵੀ ਸਾਡੇ ਪਿੰਡ ਦੇ ਆ। ਹਾਂਜੀ, ਜਿਹਨਾਂ ਨੇ ਗੋਲੀਆਂ ਮਾਰੀਆਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਇਹ ਕੰਮ ਕਰਵਾਇਆ। ਹਾਂਜੀ।